ਨਹੀਂ ਹੁਣ ਆ ਬੁੱਤ ਬਣ ਕੇ ਖਲੋਤੀ ਆ, ਹੁਣ ਨੀ ਇਹਨੂੰ ਪੁੱਛਿਆ ਜਾਂਦਾ ਤੁਹਾਡੇ ਕੋਲੋਂ? ਮੈਨੂੰ ਦੱਸ ਪਹਿਲਾਂ ਕਿਹੜਾ ਤੇਰੀ ਮਾਸੀ ਦਾ ਮੁੰਡਾ ਸੀ? ਨੀ ਉਹਨੂੰ ਕੁੜੀ ਨੂੰ ਕੁਛ ਨਾ ਆਖੀ, ਇਹੋ ਕਦੇ ਪਹਿਲਾਂ ਗੁੱਸੇ ਹੋਈ ਹੁੰਦੀ ਤੇ ਅੱਜ ਆ ਦਿਨ ਵੇਖਣ ਨੂੰ ਨਾ ਮਿਲਦੇ ਸਾਨੂੰ। ਤੇ ਮਾਰ ਕੇ ਚਪੇੜ ਤੇਰਾ ਬੂਥਾ ਲਾ ਦੇਣਾ ਦੂਜੇ ਪਾਸੇ ਤੇਰਾ ਹੱਥ ਭਲਾ। ਹੁਣ ਤੈਨੂੰ ਰੋਣਾ ਨਾ, ਰੋਣਾ ਬੰਦ ਕਰ, ਰੋਣਾ ਬੰਦ ਕਰ। ਕਿਹੜੀ ਮਾਸੀ ਸੀ? ਬਹਿ ਜਾ ਇੱਥੇ, ਰਮਾਨ ਨਾਲ ਬਹਿ ਜਾ ਇੱਥੇ, ਮੈਨੂੰ ਕੁਛ ਲੈਣ ਦੋ। ਕਿਹੜੀ ਮਾਸੀ ਦਾ ਮੁੰਡਾ ਸੀ ਪਹਿਲਾਂ? ਜਦੋਂ ਕੁੜੀ ਆਉਂਦੀ ਸੀ ਕਾਲਜ ਉਦੋਂ ਕਿਉਂ ਨਾ ਪੁੱਛਿਆ ਤੂੰ? ਨੀ ਕਿੰਨੀਆਂ ਕੁ ਭੈਣਾਂ ਸੀ ਮੇਰੀਆਂ, ਮੈਨੂੰ ਦੱਸ ਦਿੰਦੀ, ਮੈਨੂੰ ਉੱਥੇ ਝੂਠ ਨਾ ਬੋਲਣਾ ਪੈਂਦਾ। ਮੈਂ ਕਹਿੰਦੀ ਹਾਂ ਮੇਰੀ ਫਲਾਨੀ ਭੈਣ ਦਾ ਮੁੰਡਾ ਵਾ। ਕੀ ਤੁਸੀਂ ਕਰਦੀਆਂ ਫਿਰਦੀਆਂ ਐ ਕੰਮ ਨੂੰ? ਤੁਹਾਨੂੰ ਪੜ੍ਹਨੇ ਪਾਇਆ ਸਕੂਲੇ? ਉਹ ਕੌਣ ਸੀ ਮੁੰਡਾ, ਦੱਸਦੀ ਨੀ ਹੁਣ? ਹੁਣ ਵੇਲਾ ਗੁੰਮ ਹੋਈ ਆ ਗਾੜੀ, ਹੁਣ ਗੱਲ ਕਿਉਂ ਨੀ ਕਰਦੀ? ਇਹ ਜਿਹਨੂੰ ਆਂਦੀ ਵੀ ਮੇਰਾ ਵੀਰ ਵਾ, ਇਹ ਉਹ ਮੁੰਡਾ ਹੋਣਾ ਵਾ। ਉਹ ਨਹੀਂ ਹੈਗਾ। ਹੋਰ ਕਿਹੜਾ ਸੀ, ਕੌਣ ਸੀ? ਕਿੰਨੇ ਵੀਰ ਬਣਾਏ ਆ? ਅਗਰ ਜੋਤ ਮਾੜਾ ਵੀਰ ਇੱਥੇ ਬਾਹਰ ਗਿਆ ਆਜੂਗਾ ਤਾਂ ਉਹ ਤੇਰੀ ਗੁੱਤੇ ਵਾਲ ਦਊਗਾ, ਹੈਗਾ ਤੇਰੇ ਤੋਂ ਨਿੱਕਾ ਹੀ ਆ। ਗੱਲ ਸੁਣ ਲਾ ਮੇਰੀ, ਬਹਿ ਕੇ ਗੱਲ ਕਰ, ਜਵਾਨ ਧੀ ਆ ਤੇ ਆਂਢ ਗੁਆਂਢ ਸਾਨੂੰ ਕੀ ਆਖੂਗਾ, ਬਾਹਰ ਸਾਡੀਆਂ ਗੱਲਾਂ ਸੁਣ ਡਈਆਂ। ਆਂਢ ਗੁਆਂਢ ਤੇ ਆਪਣੇ ਘਰ ਵਾ, ਉੱਥੇ ਕਿ ਰਿਸ਼ਤੇਦਾਰੀ ਕੁੜਮਾਚਾਰੀ ਦੀ ਗੱਲ ਸੀ, ਉੱਥੇ ਕਿੰਨੀ ਸਾਡੀ ਬੇਇੱਜ਼ਤੀ ਹੋਈ ਆ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਇਹਨੇ ਝੂਠ ਬੋਲਿਆ ਵਾ, ਮੈਂ ਉੱਥੇ ਨੌਬਤ ਨਹੀਂ ਆਉਣ ਦੇਣੀ ਕਿਸੇ ਗੱਲ ਦੀ। ਮੈਂ ਇੱਕ ਝੂਠ ਬੋਲ ਰਿਹਾ ਵੀ ਹਾਂ ਮੇਰੀ ਭੈਣ ਦਾ ਹੀ ਮੁੰਡਾ ਵਾ ਇਹ। ਉਹ ਜਿਹੜੀ ਬਲਜੀਤ ਸੀ ਉਹ ਕਿੰਨੀ ਚਲਾਕ ਚੁਸਤ ਵਾ, ਉਹਦੇ ਗਾੜੀ ਕਿਹੜੀ ਜ਼ਰੂਰਤ ਵਾ ਬੋਲਣ ਦੀ? ਕਿੱਦਾਂ ਉਹਦੇ ਦੇ ਅੱਖਾਂ ਦੇ ਵਿੱਚ ਘੱਟਾ ਪਾਤਾ ਤੁਸੀਂ? ਨਹੀਂ ਉਹ ਕਾਦੀ ਚਲਾਕ ਚੁਸਤ ਹੋਈ, ਉਹਦੇ ਨੇ ਕਰੀ ਮੇਰੀ ਸ਼ਰਮ ਨਾ ਕੀਤੀ, ਮੇਰੀ ਦਾੜੀ ਦੀ ਸ਼ਰਮ ਨਾ ਕੀਤੀ ਇਹਨੇ। ਪਰ ਉਹਨੇ ਪਛਾਣ ਲਿਆ ਸੀ ਨਾ, ਉਹਨੇ ਪਛਾਣ ਲਿਆ ਸੀ ਇਹਦੇ ਨਾਲ ਬੈਠਾ। ਨਹੀਂ ਉਧਰ ਮੁੰਡਾ ਹੈ ਕੌਣ ਸੀ ਇਹ? ਡੈਡੀ ਜੀ ਇਹਨਾਂ ਸੁੱਖ ਦਾ ਵਿਆਹ ਹੋਣਾ ਉਹੀ ਹੈਗਾ। ਤੇ ਸੁੱਖ ਦਾ ਵਿਆਹ ਇਹਨਾਂ ਹੋਣਾ, ਤੇ ਬਲਜੀਤ ਨੂੰ ਕਿਉਂ ਨਹੀਂ ਪਤਾ ਵੀ ਇਹ ਸੁੱਖ ਦਾ ਘਰ ਵਾਲਾ ਵਾ? ਬਲਜੀਤ ਨੂੰ ਕਿਉਂ ਨਾ ਪਤਾ ਲੱਗਾ? ਮੈਨੂੰ ਨਹੀਂ ਕੀ ਪਤਾ, ਕਿਉਂ ਨਹੀਂ ਪਤਾ ਉਹਨਾਂ ਦੇ ਘਰ ਕੀ ਚੱਲਣ ਡਿਆ, ਮੈਨੂੰ ਥੋੜਾ ਪਤਾ ਵਾ ਕੋਈ। ਤਾਂ ਤੁਸੀਂ ਇਹ ਕੰਮ ਨੂੰ ਸਕੂਲੇ ਜਾਂਦੀਆਂ ਵਾ, ਇਹ ਕੰਮ ਨੂੰ ਸਹੇਲੀਆਂ ਬਣੀਆਂ ਸੀ, ਤੂੰ ਹੁਣ ਗੁੰਮ ਹੋਈ, ਮੈਂ ਮਾਰਾਂ ਤੇਰੇ ਇੱਕ। ਆ ਜਾ ਕੁੜੀ ਨੂੰ ਕੁਛ ਨਾ ਕੀ, ਬਹਿ ਜਾ ਇੱਥੇ ਮਾਰਨਾ ਤੂੰ ਵੀ, ਚੱਲ ਬਹਿ ਕੇ ਗੱਲ ਕਰ, ਚੱਲ ਆ ਜਾ ਇੱਥੇ, ਇੱਥੇ ਆ ਜਾ, ਚੱਲ ਇੱਥੇ ਬਹਿ ਜਾ, ਬਹਿ ਜਾ, ਬਹਿ ਜਾ ਇੱਥੇ। ਇਹਨੂੰ ਹੁਣ ਬਾਲੋ, ਇਹਨੂੰ ਇਹਨੂੰ ਦੋ ਪਰੋਸ ਪਰੋਸ ਕੇ ਰੋਟੀਆਂ ਸਕੂਲੋਂ ਆਉਂਦੀ ਨੂੰ ਮੈਂ ਫਟਾਫਟ। ਡੈਡੀ ਕੀ ਗੱਲ ਹੋਈ, ਉੱਥੇ ਦਾ ਰੌਲਾ ਜਾਣ ਡਿਆ ਬਾਹਰ ਤੱਕ? ਪੜ੍ਹ ਕੇ ਕਾਲਜ ਦਾ ਆ ਮੁੱਲ ਪਾਇਆ ਇਹਨਾਂ ਦੇ ਘਰੇ ਫਾਹੇ ਵੱਡਿਆ ਹੁੰਦਾ, 10 ਜਮਾਤਾਂ ਪੜ੍ਹਾ ਕੇ ਤੇ ਇਹਨਾਂ ਕੋਲ ਬੋਹਾ ਸੁੱਟਣ ਡਾਇਆ ਹੁੰਦਾ ਤੇ ਪਤਾ ਲੱਗ ਜਾਂਦਾ ਇਹੋ ਜਿਹੀਆਂ ਨੂੰ। ਸੋਚਿਆ ਕੋਈ ਤੇ ਹੋਇਆ ਕੋਹ ਵਾ, ਹੁਣ ਕੀ ਅਗਲੇ ਕਹਿਣਗੇ ਸਾਨੂੰ? ਮੈਂ ਤੈਨੂੰ ਆਂਦਾ ਵੀ ਤੂੰ ਹੋਈ ਗੱਲ ਕਰ, ਐਵੇਂ ਚਵੜ ਚਵੜ ਨਾ ਬੋਲੀ ਜਾ। ਤੇ ਬੂਹੇ ਵੱਜੇ ਬਾਹਰ ਲੈ ਸਾਡੇ ਘਰ, ਆਹ ਵੇ ਮੁੰਡਾ ਕੀ ਆਖਣ ਡਿਆ, ਆਹ ਵੇ ਮੁੰਡਾ ਕੀ ਆਖਣ ਜਾਂਦਾ, ਬਾਹਰ ਤੱਕ ਬਾਤ ਜਾਣ ਡਈ ਆ। ਹੁਣ ਕਿੱਦਾਂ ਪੁੱਛਣਾ ਇਹਨੂੰ? ਕੰਡੇ ਬਰੂ ਹੀ ਲੱਗ ਲੱਗ ਵੇਖੂ ਸਾਨੂੰ ਕਿੱਦਾਂ ਪੁੱਛਣਾ ਹੁਣ ਫਿਰ? ਹੁਣ ਜੇ ਅਗਲਿਆਂ ਦਾ ਸਾਨੂੰ ਫੋਨ ਆ ਗਿਆ ਵੀ ਤੁਹਾਡੀ ਕੁੜੀ ਦਾ ਕਿਹੜਾ ਮਾਸੀ ਦਾ ਮੁੰਡਾ, ਮੈਂ ਜੂ ਉੱਥੇ ਝੂਠ ਬੋਲਤਾ ਸਿਆਪਾ ਕਰਨਾ, ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ, ਮੈਂ ਤਾਂ ਸੱਚ ਹੀ ਬੋਲਿਆ, ਮੈਨੂੰ ਝੂਠ ਬੋਲਣ ਦਾ ਮੌਕਾ ਦਿੰਦੀ ਮੈਨੂੰ ਦੱਸ ਦਿੰਦੀ ਹੈ? ਉਹ ਵੀ ਮੁੰਡਾ, ਉਹ ਬੁੱਢੀ ਆਖੀ ਜਾਵੇ ਫੋਟੋ ਇਹਦੀ ਆਈ ਆ, ਕੁੜੀ ਇਹੋ ਹੀ ਆ, ਉਹ ਵਿਚਾਰੀ ਸੱਚੀ ਆਪਣੇ ਥਾਂ, ਇਹਨਾਂ ਦੀਆਂ ਰਲੀਆਂ ਚੁਗਦੀਆਂ ਸੀ, ਮੈਨੂੰ ਇਹ ਗੱਲ ਦਾ ਉਹ ਨਾ ਪਤਾ ਲੱਗਾ। ਕੀ ਕਰਨ ਅਸੀਂ ਗੱਡੀਆਂ ਖਰੀਦਣੀਆਂ ਤੇ ਕੀ ਕਰਨ ਅਸੀਂ ਇਕੱਲੇ ਇਕੱਲੇ ਚਲ ਜਾਂਦੇ, ਇਹ ਗੱਲੋਂ ਚੰਗਾ ਸੀ ਤੇ ਅਸੀਂ ਉਹਨਾਂ ਦੇ ਨਾਲ ਸਾਥ ਹੀ ਨਾ ਕਰਦੇ, ਉਹ ਆਪਣੇ ਜੋ ਮਰਜ਼ੀ ਕਰਦੇ ਰਹਿੰਦੇ, ਅਸੀਂ ਆਪਣੀ ਚੀਜ਼ ਲਿਆਉਂਦੇ ਆਪਣੇ ਘਰ। ਚੱਲ ਆ ਮੇਰਾ ਪੁੱਤ ਦੱਸ ਮੈਨੂੰ ਕੀ ਗੱਲ, ਤੇਰਾ ਤਾਂ ਨਹੀਂ ਨਾ ਕਸੂਰ ਕੋਈ ਵੀ, ਮੈਨੂੰ ਇਹ ਦੱਸ ਤੇਰਾ ਕਸੂਰ ਹੈਗਾ ਵਾ ਕੋਈ ਵਿੱਚ? ਫੇਰ
ਤੂੰ ਕਹਿੰਦੇ ਕੁੜੀ ਨੂੰ ਕਿਉਂ ਗੁੱਸੇ ਹੋ ਜਾਂਦੀ, ਉਹਦਾ ਜਦੋਂ ਕਸੂਰ ਹੀ ਕੋਈ ਨਹੀਂ ਕਿਸੇ ਗੱਲ ਤੇ। ਉਹ ਬਲਜੀਤ ਕਿੱਦਾਂ ਆਂਦੀ ਸੀ, ਇਹ ਆਂਦੀ ਮੇਰੀ ਮਾਸੀ ਦਾ ਮੁੰਡਾ, ਇਹ ਆਂਦੀ ਮੇਰੀ ਮਾਸੀ ਦਾ ਮੁੰਡਾ, ਉਹਨੇ ਕਿੰਨੀਆਂ ਗੱਲਾਂ ਕੀਤੀਆਂ ਉੱਥੇ, ਉੱਥੇ ਮੈਨੂੰ ਸ਼ਰਮ ਨਾ ਆਈ, ਸ਼ਰਮ ਚ ਮਰ ਗਏ ਉੱਥੇ। ਇਹ ਦੱਸੋ ਕੌਣ ਸੀ, ਕਿਤਰਾ ਮਾਸੀ ਦਾ ਮੁੰਡਾ ਬਣ ਗਿਆ ਤੇਰੀ ਦਾ ਉਹ? ਡੈਡੀ ਉਹਨੇ ਨਾ ਸੁੱਖ ਨਾਲ ਵਿਆਹ ਕਰਾਉਣਾ ਸੀਗਾ, ਉਹ ਇੱਕ ਦਿਨ ਨਾ ਜਿੱਦਣ ਗੁਰਜੋਤ ਨੇ ਬਰਗਰ ਨੀ ਮੰਗਾਇਆ ਤੇ ਮੈਂ ਉੱਥੇ ਰੈਸਟੋਰੈਂਟ ਚ ਬਰਗਰ ਲੈਣ ਦੀ ਤੇ ਉਹ ਆ ਗਿਆ ਉੱਥੇ। ਅੱਛਾ। ਉਹ ਮੈਨੂੰ ਪੁੱਛਣ ਲੱਗ ਗਿਆ ਸੁੱਖ ਫੋਨ ਫਾਨ ਨੀ ਕਰਨ ਦੀ, ਤੇ ਉਸੇ ਵੇਲੇ ਇੱਥੇ ਉੱਥੇ ਬਲਜੀਤ ਦੀਦੀ ਤੇ ਵੀਰ ਜੀ ਆ ਗਏ ਤੇ ਉਹਨਾਂ ਨੇ ਵੇਖ ਲਿਆ, ਕਹਿੰਦੇ ਕੌਣ ਵਾ? ਮੈਂ ਕਹਿਤਾ ਕਿ ਮੇਰੀ ਮਾਸੀ ਦਾ ਮੁੰਡਾ, ਮੈਨੂੰ ਕੋਈ ਸਮਝ ਹੀ ਨੀ ਲੱਗੀ ਕਿ ਮੈਂ ਕੀ ਕਹਾਂ ਉਹਨੂੰ। ਉਹ ਤਾਂ ਤੂੰ ਵੀ ਇੱਥੇ ਗਲਤੀ ਕਰ ਗਈ ਨਾ, ਮਾਸੀ ਦਾ ਮੁੰਡਾ ਉਹਨੂੰ ਕਿਉਂ ਕਹਿਣਾ? ਪੋਤਰਾ ਕਹਿਣਾ ਵੀ ਸਾਡੇ ਕਾਲਜ ਚ ਪੜ੍ਹਦਾ ਸਾਡਾ ਵੀਰ ਲੱਗਦਾ ਵਾ, ਪੁੱਤ ਕਹਿ ਕੇ ਭੂਏ ਚੜਾ ਲਿਆ, ਪੁੱਤ ਕਹਿ ਕੇ ਇਹਨਾਂ ਨੂੰ। ਮੈਂ ਸੋਚਿਆ ਕਿ ਉਹ ਗਲਤ ਸੋਚ ਲੂਗੀ ਕਿ ਜੇ ਮੈਂ ਕਿਹਾ ਕਾਲਜ ਦਾ ਮੁੰਡਾ, ਹੁਣ ਹਰ ਕੋਈ ਥੋੜਾ ਸਮਝਦਾ ਵਾ। ਨਹੀਂ ਪੁੱਤ, ਉਹ ਨਹੀਂ ਗੱਲਾਂ ਹੁੰਦੀਆਂ। ਹੁਣ ਜੇ ਕੋਈ ਦੁਕਾਨ ਤੇ ਬੰਦਾ ਚੀਜ਼ ਲੈਣ ਡਿਆ, ਉੱਥੇ ਕਾਲਜ ਜਿਹੜੇ ਬੰਦੇ ਪੜ੍ਹਦੇ ਆ, ਮੁੰਡੇ ਪੜ੍ਹਦੇ ਆ ਜਾਂ ਕੁੜੀਆਂ ਪੜ੍ਹਦੇ ਆ, ਉਹ ਵੀ ਦਾਣ ਕੇ ਦੁਕਾਨ ਤੇ ਚੀਜ਼ ਲੈ ਹੀ ਸਕਦੇ ਆ। ਇਥੋਂ ਤੂੰ ਗਲਤੀ ਕਰ ਗਈ ਹੈ ਨਾ। ਕਿੰਨੀ ਸਾਨੂੰ ਸ਼ਰਮ ਆਈ, ਕਿੰਨੀ ਸਾਡੀ ਬੇਇੱਜ਼ਤੀ ਹੋਈ ਉੱਥੇ। ਮੈਂ ਤੇਰੇ ਉੱਥੇ ਹੀ ਦੋ ਮਾਰ ਦੇਣੀਆਂ ਸੀ, ਮੇਰੇ ਪਤਾ ਨਹੀਂ ਕਿਹੜੀ ਗੱਲ ਨੂੰ ਪੀ ਗਈ ਪਾਣੀ ਵਾਂਗੂ, ਮੈਂ ਤੇਰੀ ਘਰ ਜਾ ਕੇ ਕੁੱਤੇ ਵੱਲ ਦਊਂਗੀ। ਜੇ ਇਹੋ ਪਹਿਲਾਂ ਚਿੜਕੀ ਹੁੰਦੀ ਤੇ ਮੈਂ ਪਹਿਲਾਂ ਵੀ ਆਖਿਆ ਵੀ ਇਹੋ ਪਹਿਲਾਂ ਚਿੜਕੀ ਹੁੰਦੀ ਆ, ਨੌਬਤ ਨਹੀਂ ਹੀ ਆਉਣੀ। ਤੇ ਕੀ ਮੈਂ ਕਹਿੰਦੀ, ਬਥੇਰਾ ਵੜਦੀ ਰਹੀ ਮੈਂ ਇਹਨੂੰ ਤੁਰਨ ਲੱਗਿਆ, ਕਹਿੰਦੀ ਰਹੀ ਪੁੱਤ ਵੀਰ ਤੇਰਾ ਆਪਣਾ ਹੀ ਹੋ, ਵੀਰ ਆਪਣੇ ਹੀ ਹੁੰਦੇ ਹੀ, ਉਹ ਕੋਈ ਨੀ ਵੀਰ ਬਣਦੇ, ਕਿਸੇ ਨੂੰ ਵੀਰ ਨਾ ਆਖੀ। ਇਹ ਕਹਿੰਦੀ ਮੈਂ ਵੀਰ ਆਖਿਆ, ਉਹ ਮੇਰਾ ਵੀਰ ਵਾ ਉੱਥੇ ਇੱਕ, ਮੈਨੂੰ ਕੀਤਾ ਕਿਹੜੇ ਕਿਹੜੇ ਵੀਰ ਬਣਾਏ, ਥੋੜਾ ਹੀਗਾ ਉਹ ਤੇ ਹੋਰ ਵਾ ਕੋਈ। ਹਾਂ ਤਾਂ ਹੁਣ ਸਾਨੂੰ ਤਾਂ ਨੀ ਪਤਾ ਕਿਹੜਾ ਵਾ। ਮੰਮੀ ਮੈਂ ਤੇ ਪਹਿਲਾਂ ਕਿਹਾ ਸੀ ਇਹ ਪਹਿਲਾਂ ਵੀਰ ਬਣਾਉਂਦੀ ਫਿਰਦੀ ਆ, ਮੈਂ ਇਹਨੂੰ ਕਿਹਾ ਸੀ ਮੈਂ ਨੀ ਹੈਗਾ, ਉਦੋਂ ਇਹ ਗੱਲ ਨਹੀਂ ਮੰਨਦੀ, ਨਾਲੇ ਮੈਂ ਸਾਹਮਣੇ ਸਮਝਾਉਣ ਨੂੰ ਕਹਿੰਦਾ ਇਹ ਤਾਂ ਸਾਹਮਣੇ ਸਮਝਾਉਂਦੀ, ਫੋਨ ਕਰਦੀ ਰਹਿੰਦੀ ਸੀ, ਇਹੋ ਜਿਹੇ ਗੱਲਾਂ ਮਾਰੀਆਂ, ਸਾਰੀ ਦਿਹਾੜੀ ਫੋਨ ਤੇ ਲੱਗੀ ਰਹਿੰਦੀ, ਸਾਹਮਣੇ ਸਮਝਾਉਂਦੀ ਨੀ ਮੈਨੂੰ। ਇਹਨੂੰ ਕਿਹਾ ਸੀ ਮੈਂ ਪਹਿਲੇ ਨਾ ਬਣਾਈ ਵੀਰ ਵੂਰ, ਹੁਣ ਪੈ ਗਿਆ ਨਾ ਪੰਗਾ। ਹੁਣ ਅਗਲੇ ਦਿਨ ਸਾਨੂੰ ਫੋਨ ਕਰਨਗੇ, ਫੇਰ ਪੁੱਛਣਗੇ ਭੈਣ ਜੀ ਤੇਰੀ ਕਿਹੜੀ ਭੈਣ, ਇਹ ਤਾਂ ਸੜਕ ਤੇ ਗੱਲਾਂ ਹੋਈਆਂ ਪੁੱਤ, ਘਰ ਜਾ ਕੇ ਕੀਤਾ ਅਗਲੇ ਨੇ ਆਪਣੇ ਘਰ ਕੀ ਆਖਣਾ ਤੇ ਕੀ ਨਹੀਂ। ਚਲੋ ਅੱਛਾ ਕੋਈ ਨੀ, ਹੁਣ ਤੂੰ ਚੁੱਪ ਕਰ ਜਾ, ਜੇ ਕੋਈ ਫੋਨ ਆਊਗਾ ਆਪੇ ਮੈਂ ਆਪੇ ਗੱਲ ਕਰ ਲੂੰਗਾ। ਕਰ ਲੋਗੇ? ਮੈਂ ਨੀ ਅੱਜ ਰੋਟੀਆਂ ਪਕਾਉਣੀਆਂ ਨਾ ਮੇਥੋਂ ਪੱਕਦੀਆਂ, ਮੈਨੂੰ ਤਾਂ ਕਿਤੇ ਇੰਨੀ ਟੈਨਸ਼ਨ ਪੈ ਗਈ ਆ ਉੱਥੇ, ਮੈਨੂੰ ਇੰਨੀ ਸ਼ਰਮ ਆਈ, ਹੁਣ ਮੈਨੂੰ ਟੈਨਸ਼ਨ ਹੀ ਇੰਨੀ ਪੈ ਗਈ, ਮੇਰੇ ਕੋਲ ਤੇ ਕੁਛ ਨਹੀਂ ਹੁਣ ਹੋਣਾ, ਜੀ ਕਰਦਾ ਦੁੱਧ ਚ ਪੱਤੀ ਪਾ ਕੇ ਪੀ ਲਓ, ਜੀ ਕਰਦਾ ਇਹ ਲਾਡਲੀ ਧੀ ਨੂੰ ਆਖੋ ਪਕਾਵੇ ਤੇ ਖਾ ਲਓ, ਅਸੀਂ ਪਕਾ ਲਾਂਗੇ ਤੇ ਖਾ ਲਾਂਗੇ, ਤੂੰ ਠੰਡੀ ਹੋ ਜਾ ਹੁਣ, ਇਹਨੂੰ ਸਿਰ ਤੇ ਚੜਾ ਲਓ ਫਿਰ। ਤੂੰ ਵੀ ਆਪਣਾ ਸਾਰਾ ਆਉਂਦੇ ਹੀ ਘਰ ਚੁੱਕਣੇ ਲਿਆ, ਘਰ ਚੁੱਕਣੇ ਲਵਾ ਨਾ, ਮੈਂ ਤਾਂ ਖੜੇ ਕਿੱਦਾਂ ਉੱਥੋਂ ਆਈ ਰਾਹ ਚੋਂ, ਹੈ ਹੁਣ ਮੈਂ ਮਾਰਦਾ ਇਹਨੂੰ, ਫਰਕ ਵੀ ਕੋਈ ਨਹੀਂ ਛੱਡਣ ਵਾਲੀ ਗੱਲ, ਫਰਕ ਵੀ ਕੋਈ ਨਹੀਂ ਛੱਡਣ ਵਾਲੀ ਗੱਲ, ਮਾਰ ਦੇਣ ਨੂੰ ਕੋਈ ਗੱਲ ਨਹੀਂ, ਇਹੋ ਜੀਆਂ ਨੂੰ ਜਿਨ੍ਹਾਂ ਨੇ ਇੱਜ਼ਤ ਹੀ ਨਹੀਂ ਵੇਖੀ ਸਾਡੀ, ਅਸੀਂ ਚਾਈ ਮਲਾਈ ਕਿਤੇ ਇੰਨਾ ਖਰਚਾ ਕਰਦੇ ਫਿਰਦੇ, ਇੰਨਾ ਕੁ ਕਰਦੇ ਫਿਰਦੇ, ਕੱਲ ਨੂੰ ਤੈਨੂੰ ਉੱਥੇ ਗਈ ਤੇਰੀ ਜਠਾਣੀ ਫੇਰ ਤੈਨੂੰ ਮਿਹਣੇ ਮਾਰੂਗੀ, ਅਸੀਂ ਫਿਰ ਕੀ ਕਰਾਂਗੇ। ਛੇਤੀ ਬਹਿ ਛੇਤੀ, ਹੋਰ ਨਾ ਉਧਰੋਂ ਕੋਈ ਵੇਖ ਲੈ, ਬਾਅਦ ਚ ਇੱਥੇ ਹੀ ਘੇਰ ਲੈ ਸਾਨੂੰ, ਜੇ ਮਾਪੇ ਇੰਨੀ ਗੱਲ ਸੁਣਦੇ ਫੇਰ ਹੀ ਆ, ਇਹਨਾਂ ਨੂੰ ਮੰਨਣਾ ਹੀ ਚਾਹੀਦਾ। ਚੱਲ ਬਹਿ ਜਾ ਹੁਣ, ਇਹਨਾਂ ਨੂੰ ਬਸ ਇਹੀ ਹੰਕਾਰ ਆਪਾਂ ਲੱਭਣਾ ਆਪਾਂ ਲੱਭਣਾ, ਆਪ ਮੁੜ ਕੇ ਭੈਣ ਕੰਮਾਂ ਹੀ ਲੱਭ, ਹੁਣ ਵੀ ਤੇ ਆਪ ਹੀ ਰਿਸ਼ਤਾ ਆਇਆ ਤੇ ਹਾਂ ਕੀਤੀ, ਹੁਣ ਮੈਨੂੰ ਪਤਾ ਲੱਗ ਗਿਆ ਹੁਣ ਮੇਰੇ ਦਵਾਲੇ ਹੋ ਗਏ ਆ, ਲੱਭਿਆ ਗਿਆ ਹੁਣ ਫੇਰ ਮਾਂ ਵੇਖ ਹੁਣ ਪਛਾਣ ਪਾਉਂਦੇ ਕੀ ਵੇਖਣਾ ਫਿਰ।
ਮੈਂ ਤੇ ਉਦਾਂ ਕਹਿਤਾ ਨਿਕਲ ਚੋ ਹੌਸਲਾ ਆਪਣੇ ਨਾ ਮਰਵਾ ਲਿਓ। ਮੈਂ ਕਿਹਾ ਬਹਿਣਾ ਚੰਗੀ ਗੱਲ ਨਹੀਂ, ਤੂੰ ਬਾਹਰ ਕਰ ਤੁਹਾਡੇ ਗੜੀ ਹੱਥ ਜੋੜੇ ਨਾ ਕਰੋ, ਏਦਾਂ ਉਹਦੇ ਅੱਗੇ ਡਾਂਡਾ ਹੀ ਆ। ਮੈਂ ਤੈਨੂੰ ਕਿਹਾ ਬਾਹਰ ਆ ਜਾ ਕਿ ਪਹਿਲਾਂ ਗੋਲੀ ਤੇਰੇ ਮਾਰਾਂ। ਹੁਣ ਗੋਲੀ ਤੋਂ ਬਗੈਰ ਹੀ ਮਰਨ ਦੇ ਆ ਤੇ ਗੋਲੀ ਤੁਸੀਂ ਕੀ ਮਾਰਨੀ? ਉਹਨਾਂ ਕੋ ਵਿਚਾਰੇ ਕੋ ਗਲਤੀ ਹੋ ਗਈ ਆ। ਤੂੰ ਬਾਹਰ ਆ ਤੇ ਬੂਹਾ ਲਾ ਬਾਹਰ। ਆਖੋ ਮੈਂ ਤੁਹਾਡੇ ਪੈਰੀ ਹੱਥ ਲਾ ਦਿੰਦੀ, ਮੈਂ ਤੇਰੇ ਸਿਰ 'ਚ ਮਾਰਨਾ ਜੇ ਜੇਲ੍ਹ ਦੀ ਹਵਾ ਖਾਣੀ ਜੇ ਨਾਲ ਸਾਨੂੰ ਵੀ ਖੋਲਣੀ ਜੇ। ਬੰਦੇ ਨੂੰ ਬਾਹਰ ਆ ਜਾ, ਵੱਡੀ ਆਈ ਤੂੰ ਸਿਆਣੀ, ਇਹਨਾਂ ਨੂੰ ਕਲਾ ਦਿੰਨੀ ਆ। ਨਿਕਲੀ ਬਾਈ ਤੇਰਾ ਕੰਨ ਪਾੜਾ ਤੇਰੇ ਮੈਂ। ਭਾਜੀ ਕੀ ਕਰਦੇ ਆ ਤੁਸੀਂ? ਬੈਠੋ ਚੁੱਪ ਕਰਕੇ। ਵੀਰ ਉਹ ਆ ਜਾ ਅੱਗਾ, ਮੇਰੀ ਗੱਲ ਸੁਣੋ। ਉਹ ਆ ਜਾ ਅੱਗਾ ਵੀਰ, ਚੱਲ ਬਹਿ ਵੀਰ। ਮੇਰੀ ਗੱਲ ਸੁਣ, ਰੁਕ ਜਾ ਨਾ, ਇਦਾਂ ਕਰਾ ਤੁਹਾਡੀ ਗੜੀ ਹੱਥ ਜੋੜੇ, ਕੋਈ ਨਾ ਕੋਈ ਨੁਕਸਾਨ ਹੋ ਜਾਣਾ ਜੇ। ਕੁਛ ਨਹੀਂ ਹੁੰਦਾ ਭਾਬੀ। ਕਿਉਂ ਨਹੀਂ ਹੁੰਦਾ? ਇੱਥੇ ਮੈਂ ਬਣਾ ਦੋ। ਚੱਲ ਮੇਰੀ ਗੱਲ ਸੁਣ, ਆ ਪਿਸਤੌਲ ਮੈਨੂੰ ਫੜਾ ਜਾ, ਫੜਾ ਦੋ। ਚੱਲ ਜਾ ਚੰਗੀ ਗੱਲ ਹੀ ਅੰਦਰ। ਭਾਬੀ ਹੁਣ ਜਨਾਨੀ ਦਾ ਕੰਮ ਨਹੀਂ ਰਹਿ ਗਿਆ ਵਿੱਚ। ਮੇਰੀ ਗੱਲ ਸੁਣ, ਉਹ ਤੇ ਜ਼ਿਆਦਾ ਗੁੱਸੇ 'ਚ, ਤੂੰ ਵੀ ਠੰਡਾ ਹੋ ਜਾ, ਤੇਰੀ ਗੜੀ ਹੱਥ ਜੋੜੇ। ਮੈਂ ਕਿਹਾ ਮੇਰੀ ਭੈਣ ਨਾ ਉਹਦੀ। ਤੂੰ ਕਹਿੰਦੀ ਤੋੜਾ ਮੇਰੀ। ਭਾਬੀ ਕੀ ਕਰ ਰਹੀ ਹੈ? ਤੂੰ ਉਹਨਾਂ ਨੂੰ ਫੜ ਕੇ ਰੱਖ ਉਹਨਾਂ ਨੂੰ। ਕਹਿੰਦੇ ਆ ਨਾ ਜਨਾਨੀਆਂ ਕੋਲ ਨਹੀਂ ਕਰਾਉਂਦੀਆਂ, ਜਨਾਨੀਆਂ ਹਟਾਉਂਦੀਆਂ ਵਾ। ਆ ਜਾ ਤੇਰੀ ਗੜੀ ਹੱਥ ਜੁੜੇ ਆਪੇ। ਜਨਾਨੀਆਂ ਦੇ ਸਾਰੇ ਪੁਆੜੇ ਹੁੰਦੇ ਆ। ਪਤਾ ਕੀ? ਉਹ ਤੂੰ ਚੱਲ ਆਵੇ ਬੋਲੀ ਜਾਂਦੇ ਆ। ਜੇ ਨਹੀਂ ਨਾ ਲੱਭਦੇ, ਉਹ ਲੱਭ ਕੇ ਲਿਆਓ, ਘਰ ਬਹਿ ਕੇ ਗੱਲ ਕਰ ਲੈਨੇ ਆ। ਭਾਬੀ ਤੈਨੂੰ ਆਖਿਆ ਉਹਨਾਂ ਦਾ ਖਿਆਲ ਰੱਖ ਦੂੰ। ਹਾਏ ਮੇਰੀ ਭਾਬੀ ਬੈਠੀ ਇੱਥੇ। ਹਾਏ ਰੱਬਾ, ਅੱਜ ਪਤਾ ਨਹੀਂ ਕੀ ਹੋ ਜਾਣਾ ਜੇ ਬਦਮਾਸ਼ ਕੁੜੀ ਨੇ ਕੱਖ ਫੱਕਾ ਨਹੀਂ ਸਾਡਾ ਛੱਡਿਆ। ਹਾਏ ਹੁਣ ਕੀ ਕਰਾਂਗੇ, ਬੜੇ ਹੀ ਗੁੱਸੇ 'ਚ ਵਾ। ਆਪ ਨਖੱਤੀ ਨੇ ਵੱਜ ਜਾਣਾ ਤੇ ਬੰਦਿਆਂ ਦਾ ਨੁਕਸਾਨ ਕਰਾ ਦੇਣਾ। ਮੇਰੇ ਇੰਨੇ ਕਹੇ ਤੇ ਵੀ ਨਹੀਂ ਰੁਕੇ, ਮੇਰਾ ਦਿਲ ਬਹੁਤ ਹੀ ਡਾਂਡਿਆ। ਮੈਂ ਇਹਨਾਂ ਦੇ ਮਗਰ ਨਾ ਜਾਵਾਂ। ਪਤਾ ਨਹੀਂ ਮੁੰਡੇ ਕਿੱਥੇ ਗਏ, ਫੋਨ ਨਹੀਂ ਚੁੱਕਣ ਡਏ। ਪਾਲੋ ਦਾ ਮੁੰਡਾ ਵੀ ਮੈਨੂੰ ਇੱਥੇ ਤਾਰ ਗਿਆ। ਤੂੰ ਆਪਣੇ ਮੁੰਡਿਆਂ ਨੂੰ ਫੋਨ ਲਾ ਲਾ, ਤੇ ਧੁੱਪ ਇੰਨੀ ਆ, ਕੀ ਕਰਾਂ ਹੁਣ ਮੈਂ, ਫੋਨ ਚੁੱਕਣ ਨਹੀਂ ਡਏ। ਬਲਜੀਤ ਨੂੰ ਲਾਵਾਂ ਭਲਾ, ਤੇ ਬਲਜੀਤ ਹੀ ਚੁੱਕ ਲੈ। ਬਲਜੀਤ ਵੀ ਨਹੀਂ ਚੁੱਕਣ ਡਈ, ਖਨੀ ਕੀ ਹੋਇਆ ਈ, ਉਹ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਣ ਡਈ। ਕਿਉਂ ਨਹੀਂ ਫੋਨ ਚੁੱਕਦੇ, ਕੀ ਗੱਲ ਵਾ? ਕਿੱਥੇ ਫੋਨ ਰੱਖ ਕੇ ਬੈਠੇ, ਕੀ ਕਰਦੇ ਆ? ਕੀ ਕਰਾਂ ਹੁਣ ਮੈਂ? ਸੁੱਖ ਵਰਗੀ ਲੱਗਣ ਡਈ ਆ, ਇਹ ਕਿੱਥੇ ਚੱਲੀ ਆ? ਲੱਗਾ ਤੇ ਮੈਨੂੰ ਪਰਾਉਣਾ ਹੀ ਆ। ਹਾਏ ਇਹ ਕਿੱਥੇ ਚੱਲ ਗਈ ਆ, ਕੀ ਬਣਿਆ ਇਹ? ਹੈ ਇਹ ਕਿੱਧਰ ਗਈ ਆ? ਮਾਤਾ ਤੇ ਕਿਲੋਟੀਆਂ।
ਮੈਂ ਤਾਂ ਤੁਹਾਨੂੰ ਫੋਨ ਲਾਉਣ ਡਈ, ਚੁੱਕਣ ਡਏ, ਤੁਸੀਂ ਕਿੱਥੇ ਚੱਲੇ ਹੋ? ਮੈਂ ਸੁੱਖ ਨੀ ਵੇਖੀ, ਲੱਗੀ ਮੈਂ ਤਾਂ ਖਲੋ ਕੇ ਵੇਖਣ ਲੱਗੀ ਤੇ ਮੈਨੂੰ ਸੁੱਖ ਵਰਗੀ, ਉਹ ਤਾਂ ਬੜੇ ਜ਼ੋਰ ਚ ਗਏ ਮੋਟਰਸਾਈਕਲ ਤੇ ਨਾਲ ਪਰੌਣੇ ਵਰਗਾ ਹੀ ਮੈਨੂੰ ਲੱਗਾ। ਸੋਖੀ ਸੋਖੀ ਹੈਗੀ ਮੈਨੂੰ ਲੱਗੀ। ਮੈਂ ਤਾਂ ਅਸੀਂ ਆ ਗਏ ਫੇਰ। ਹੈ ਤੁਸੀਂ ਕਿੱਥੇ ਚੱਲੇ ਸੀ? ਬਸ ਆ ਗਏ। ਹੈ ਮੈਨੂੰ ਤਾਂ ਦੱਸੋ ਕੁਛ। ਤੇ ਬੈਠ ਨਾਲ ਬੈਠ। ਆਹੋ ਮੈਨੂੰ ਦੱਸੋ ਤੇ ਸਹੀ ਕੁਛ। ਖੋਲ ਖੋਲ ਆ ਖੋਲ ਤਾ ਕਹਿਆ ਕੰਮ ਆ ਤਾਂ ਖੇਤੀ ਹੋਇਆ ਕੀ ਆ? ਚੱਲ ਚੱਲ ਨਾ ਨਿਕਲੀ ਲੈ ਗਾੜੀ ਫਿਰ ਆ ਗਈ। ਚਲੋ ਜਾਣਾ ਮੈਂ ਤੁਸੀਂ ਇੱਥੇ ਕੀ ਕਰਦੇ? ਮੈਂ ਤੁਹਾਨੂੰ ਕੋਈ ਨੀ ਕਹਿੰਦੀ, ਮੈਂ ਤੇ ਆਪ ਡਰਦੀ ਫਿਰਦੀ ਆ। ਉੱਥੇ ਪਤਾ ਨੀ ਕੀ ਚੰਦ ਚੜ ਜਾਣਾ ਜੇ। ਮੈਂ ਤੇ ਕਹਿੰਦੀ ਆ ਪੈਰਾਂ ਨੂੰ ਥੁੱਕ ਲਾ ਕੇ ਨਾ ਬਹਿ ਬਹਿ ਕੇ ਨਿਕਲ ਜਾ ਤੁਸੀਂ। ਆਪਾਂ ਦੇ ਰਿਸ਼ਤਾ ਵੀ ਪਹਿਲਾਂ ਹੀ ਕਰਾਇਆ ਕਰਾਉਣ ਡੇ, ਮਰ ਜਾਣੀ ਆ ਉਦੋਂ ਤੇ ਤੂੰ ਕਹਿੰਦੀ ਆ ਵੀ ਮੈਂ ਬੜੇ ਰਿਸ਼ਤੇ ਕਰਾਏ, ਤੁਸੀਂ ਦੋਵੇਂ ਜਣੇ ਕਹਿਣ ਦੇ ਡੇ ਪਹਿਲਾਂ ਹੀ ਕਰਾਇਆ। ਤੁਹਾਨੂੰ ਪਤਾ ਨੀ ਕੋਈ ਕੀ ਰਿਸ਼ਤਾ ਕਿੱਦਾਂ ਕਰਾਈ ਦਾ ਕੀ ਹੁੰਦਾ ਆਪਾਂ ਲਾਲ ਚ ਭਰਾ ਕੇ। ਇਹੋ ਜਿਹੇ ਰਿਸ਼ਤਿਆਂ ਦੇ ਵਿੱਚ ਨਹੀਂ ਆਈਦਾ ਹੁੰਦਾ। ਜੇ ਉਹਨੂੰ ਗੋਲੀ ਮਾਰਨ ਤੋਂ ਪਹਿਲਾਂ ਤੁਹਾਨੂੰ ਗੋਲੀ ਮਾਰ ਦਿੰਦੇ ਤੇ ਫੇਰ ਤੁਸੀਂ ਕੀ ਆਪਣੇ ਘਰਦਿਆਂ ਨੂੰ ਕੀ ਮੂੰਹ ਖਾਲਣਾ ਸੀ? ਉਹਨਾਂ ਲੱਭਦੇ ਫਿਰ ਨਹੀਂ, ਪਤਾ ਨੀ ਕਿੱਥੇ ਗਏ ਆ। ਘਰਦਿਆਂ ਨੂੰ ਕਿਉਂ ਦੱਸਿਆ ਕਿ ਨਹੀਂ ਦੱਸਿਆ ਤੁਸੀਂ? ਨਹੀਂ ਆਪਾਂ ਗਾਹ ਨੀ ਵਰਦੇ ਇੱਥੇ, ਕੱਢੋਗੇ ਤਰੀਕੇ। ਹੁਣ ਜਿਹੜਾ ਇੰਨਾ ਫੇਰੇ ਮਾਰੇ ਆ, ਪੈਸਾ ਧੇਲਾ ਖਰਚਿਆ ਵਾ, ਉਹਨਾਂ ਦਾ ਕੀ ਕਰਨਾ ਈ ਫਿਰ? ਉੱਥੇ ਹੁਣ ਬੁਲਟ ਦਾ ਉਹਨਾਂ ਕੀ ਦਾ, ਗੱਡੀ ਦਾ ਲਾਰਾ ਲਾਇਆ ਕਿ ਬੁਲਟ ਦਾ ਲਾਇਆ ਕਿ ਮੋਟਰਸਾਈਕਲ ਦਾ ਲਾਇਆ ਤੈਨੂੰ? ਜਾਓ ਫਿਰ ਚੱਲ ਜਾਓ, ਮੋਟਰਸਾਈਕਲ ਲੈ ਲਓ ਜਾ ਕੇ ਉੱਥੇ ਹੀ। ਚੱਲ ਇਹਨਾਂ ਦੀ ਤੇ ਜਾਨ ਬਚੀ ਆ, ਸਾਡੇ ਨਾਲ ਤੇ ਜੋ ਹੋਣਾ ਉਹ ਹੋਣਾ ਹੀ ਆ। ਮੇਰੇ ਨਾਲ ਕਾਹਦਾ ਹੋਣਾ, ਸੁੱਖ ਨਾ ਤੇ ਉਹਦੇ ਨਾਲ ਮਨਪ੍ਰੀਤ ਨਾਲ ਹੋਣਾ। ਕਿਹੜੀਆਂ ਬਦਮਾਸ਼ੀਆਂ ਕਰਦੀਆਂ ਫਿਰਦੀਆਂ ਵਾ, ਹੁਣ ਜੋ ਸਾਰਾ ਕੁਝ ਪਤਾ ਲੱਗ ਗਿਆ ਹੁਣ ਆਪਣੀ ਜਾਨ ਗਵਾ ਬਹਿਣਗੀਆਂ। ਉਹ ਗੱਲ ਜਾਨ ਬਚੀ ਤੇ ਲੱਖ ਉਪਾਏ ਲੋਟ ਕੇ ਬੁੱਧੂ ਘਰ ਕਵਾਏ, ਇਹਨਾਂ ਵਿਚਾਰਿਆਂ ਦੀ ਤੇ ਜਾਨ ਬਚੀ ਲਾਲ ਚੇਲ ਚਾਣ ਕੇ ਤੇ ਕੰਮ ਖਰਾਬ ਕਰ ਲਿਆ ਆਪਣਾ। ਬਚਾ ਲੈ ਵੇਲਾ।
ਮਾਈ ਤੇਰਾ ਛਾਪਾ ਭਰੀ ਹੋਇਆ ਸਾਰਾ ਨੂੰ ਅਹੇ ਫੜਾ ਇਧਰ ਮੈਨੂੰ ਕੋਹ ਆ ਜਾਣਾ ਇਓ ਫੜਾ ਦੇ ਇਧਰ ਆ ਜਾ ਆ ਵੱਡੀ ਕੁੜੀ ਆ ਕੇ ਪਹਿਲਾਂ ਹੁਣ ਇਹਨੂੰ ਤਾਂ ਬਾਅਦ ਚ ਦੇਖੂ ਵੱਡੇ ਨੂੰ ਤੈਨੂੰ ਇੱਥੇ ਮਾਤ ਨਾ ਕਰਨਾ ਹਾਂ ਗੱਡੀ ਘੜੀ ਤੈਨੂੰ ਕਿਹਾ ਗੱਡੀ ਬਹਿਜਾ ਇੱਥੇ ਗੋਲੀ ਮਾਰ ਦੇ ਬਹਿ ਵੀਰ ਉਹ ਗੋਲੀ ਨੇ ਮਾਰ ਨੀ ਘਰੇ ਫੜਦਾ ਬੁਲਟ ਫੜਦਾ ਮਾਤਾ ਨੂੰ ਮੈਂ ਚੁੱਪ ਕਰਾ ਲਾ ਮੈਂ ਲੱਤ ਮਾਂ ਤੁਰ ਗਈ ਲਾਡਾ ਨਾ ਪੱਲੀ ਆ ਮੈਂ ਊ ਕਰਨਾ ਜਿਉਂ ਕਰਨਾ ਯਾਰ ਪਿਆਰ ਯਾਰ ਪਿਆਰ ਬੜੀ ਬੜੀ ਸੌਖੇ ਆ ਇਹ ਨਿਭਾਉਣੇ ਬਹੁਤ ਔਖੇ ਬਹੁਤ ਔਖੇ ਆ ਹੋ ਤੇ ਬੁਲਟ ਮੋੜਨ ਡਏ ਆ ਜੇ ਮੈਂ ਉੱਥੇ ਜਾਵਾਂ ਤੇ ਉਹਨਾਂ ਕੋਲ ਪਿਸਤੌਲ ਆ ਜਾਨ ਨਾਲੋਂ ਬੁਲਟ ਪਿਆਰਾ ਵਾ ਦਫਾ ਕਰ ਪਰਾਂ ਜੇ ਥਾਣੇ ਤੱਕ ਗੱਲ ਚੱਲ ਜੂਗੀ ਤੇ ਆਪੇ ਬੁਲਟ ਮਿਲ ਜੂਗਾ ਵਾਪਸ ਰਹਿੰਦਿਆਂ ਨੂੰ ਭਾਜਾ ਕਮਾਦ ਵੱਲ ਨੂੰ ਇੱਧਰ ਹੀ ਰਾਹ ਵਾ ਨਹੀਂ ਤੇ ਉੱਧਰ ਤੇ ਅੱਗੇ ਸਵਰਗ ਨਰਕੀ ਆ ਕਰ ਫੋਨ ਉਹਨੂੰ ਉਹਨੂੰ ਘਰ ਨੂੰ ਲੈ ਗਿਆ ਭੱਜੀ ਫਿਰਦੀ ਤੇ ਮਗਰ ਮੋਟਰਸਾਈਕਲ ਵੀ ਉਦੋਂ ਬੰਦ ਹੋ ਗਿਆ ਤੇ ਹੁਣ ਕਿੱਦਾਂ ਇਹ ਸਟਾਰਟ ਹੋ ਗਿਆ ਵਾ ਉਹੀ ਗੱਲ ਨਾ ਜਦੋਂ ਪੈਂਦੀ ਹੈ ਚਾਰੇ ਪਾਸਿਆਂ ਤੋਂ ਪੈ ਜਾਂਦੀ ਹੈ ਮਤਲਬ ਲੱਤ ਤੋੜ ਕੇ ਮੰਜੇ ਦੇ ਪਾਇਆ ਨੂੰ ਬਹਾਨੇ ਲੱਭਦੀ ਹੈ ਮਾਰ ਤੋ ਮੈਨੂੰ ਸਾਰਾ ਟੱਬਰ ਹੀ ਮੇਰੇ ਦੁਆਰੇ ਹੋਇਆ ਮਾਰ ਤੋ ਮੈਨੂੰ ਕੰਮ ਨਿਬੇੜੋ ਚੁੱਪ ਕਰ ਮੈਂ ਬਿਮਾਰ ਰਹਿੰਦੀ ਮੈਨੂੰ ਲੈ ਕੇ ਬਹਿ ਜਾਣਾ